ਸਾਡੇ ਪੁਰਾਣੇ ਬਜ਼ੁਰਗ ਜਿਹੜੇ ਸੀ, ਅੱਜ ਵੀ ਜਿਹੜੇ 90-90 ਸਾਲ ਦੇ ਨੇ, ਜੇ ਤੁਸੀਂ ਉਹਨਾਂ ਦੇ ਪਿੰਡਾਂ ਦੇ ਵਿੱਚ ਜਾ ਕੇ ਉਹਨਾਂ ਨਾਲ ਇੱਕ ਦਿਨ ਬਿਤਾ ਲਓ ਨਾ, ਤੁਹਾਨੂੰ ਸਾਰਾ ਕੁਝ ਪਤਾ ਲੱਗ ਜੂਗਾ ਵੀ ਇਹਨਾਂ ਦੇ 90 ਸਾਲ ਉਮਰ ਕਿਉਂ ਹੈ ਤੇ ਇਹਨਾਂ ਨੂੰ ਕੋਈ ਪ੍ਰੋਬਲਮ ਕਿਉਂ ਨਹੀਂ ਹੈਗੀ, ਕਿਉਂਕਿ ਉਹ ਕੁਦਰਤ ਦੇ ਨਾਲ ਜਿਉਂਦੇ ਆ। ਸੋ ਯੋਗਾ ਦਾ ਮਤਲਬ ਇਹ ਆ ਕਿ ਜੇ ਸਵੇਰੇ ਸਵੇਰੇ ਤੁਸੀਂ ਅੱਧਾ ਪੌਣਾ ਘੰਟਾ ਘੰਟਾ ਯੋਗਾ ਲਾ ਕੇ ਫਰੈਸ਼ ਮੂਡ ਦੇ ਵਿੱਚ ਜਾਓਗੇ ਆਪਣੇ ਆਫਿਸ 'ਚ, ਫਰੈਸ਼ ਮੂਡ ਦੇ ਵਿੱਚ ਜਾਓਗੇ ਆਪਣੇ ਸਕੂਲ ਕਾਲਜ ਦੇ ਵਿੱਚ, ਤਾਂ ਜਿਹੜੀ ਤੁਹਾਡੀ ਕੰਮ ਕਰਨ ਦੀ ਜਿਹੜੀ ਉਹ ਹੈ ਪੋਟੈਂਸ਼ੀਅਲ ਉਹ ਵਧੂਗੀ। ਇੱਕ ਮਿਸ ਕਾਲ ਮਾਰਨੀ ਹੈ ਤੁਸੀਂ, ਅਸੀਂ ਤੁਹਾਡੇ ਕੋਲ ਯੋਗਾ ਦਾ ਟੀਚਰ ਭੇਜਾਂਗੇ ਔਰ ਅਸੀਂ ਫ੍ਰੀ ਦੇ ਵਿੱਚ ਉਹ ਭੇਜਾਂਗੇ, ਉਹ ਤੁਹਾਨੂੰ ਯੋਗਾ ਕਰਾਊਗਾ ਔਰ 1-2 ਮਹੀਨੇ ਸਿਹਤ ਪੱਖੋਂ ਫਰਕ ਨਜ਼ਰ ਆਊਗਾ। ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਿਹਤਮੰਦ ਰਹੇ। 35 ਇਅਰਸ ਹੋ ਗਏ ਆ ਮੈਨੂੰ ਕਰਦੀ ਨੂੰ ਯੋਗਾ, ਲੇਕਿਨ ਕੋਵਿਡ ਤੋਂ ਬਾਅਦ ਯੋਗਾ ਬੰਦ ਹੋ ਗਈਆਂ ਸੀ। ਜਦੋਂ ਤੋਂ CM ਸਾਹਿਬ ਨੇ ਸਾਡੇ ਜਲੰਧਰ ਵਿੱਚ ਕਲਾਸਾਂ ਸ਼ੁਰੂ ਕੀਤੀਆਂ ਨੇ, ਅਸੀਂ ਉਹਦਾ ਬਹੁਤ ਫਾਇਦਾ ਉਠਾ ਰਹੇ ਹਾਂ। CM ਸਾਹਿਬ ਦਾ ਬਹੁਤ ਬਹੁਤ ਧੰਨਵਾਦ, ਬਹੁਤ ਅੱਛਾ ਇਹ ਕਦਮ ਚੁੱਕੇ।